ਆਪਾਂ ਅੱਖਾਂ ਨਾਲ ਦੇਖਦੇ ਹਾਂ। ਮੈਂ ਬੇਨਤੀ ਕਈ ਵਾਰੀ ਕਰਨਾ, ਅਸੀਂ ਦੂਜੇ ਦੀ ਮੌਤ ਨੂੰ ਦੂਜੇ ਦੀ ਸਮਝਦੇ ਹਾਂ, ਆਪਣੀ ਮੌਤ ਨਹੀਂ ਸਮਝਦੇ। ਹਾਲਾਂਕਿ ਅਸੀਂ ਬ੍ਰਹਮ ਗਿਆਨ ਦੀ ਗੱਲ ਕਰਦੇ ਹਾਂ, ਜਦੋਂ ਅਰਥੀ ਉੱਠਦੀ ਹੈ ਸ਼ਮਸ਼ਾਨ ਭੂਮੀ ਤੱਕ ਅਸੀਂ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਕਈ ਤਾਂ ਉੱਥੇ ਸ਼ੁਰੂ ਹੋ ਜਾਂਦੇ ਨੇ। ਸਾਹਮਣੇ ਚਿਖਾ ਬਲਦੀ ਹੋਵੇਗੀ, ਦੂਰ ਖਲੋਤੇ ਬਿਜਨਸ ਦੀ ਗੱਲ ਕਰਨਗੇ ਅਤੇ ਮਨ ਕਹਿੰਦਾ ਵੀ ਕਿਹੋ ਜਿਹਾ ਪੱਥਰ ਹੈ ਅੰਦਰ ਕਿ ਬਲਦੀ ਕੋਈ ਲਾਂਬੂ ਕੋਲ ਖਲੋ ਕੇ ਵੀ ਨਹੀਂ ਚੇਤੇ ਆਉਂਦਾ ਪਿਆ ਵੀ ਇੱਕ ਦਿਨ ਮੈਂ ਵੀ ਸਰਨ ਵਾਸਤੇ ਇੱਥੇ ਆਉਣਾ ਹੈ। ਉੱਥੇ ਬੈਠੇ ਮਜ਼ਾਕ ਕਰਨਗੇ, ਬਾਹਰ ਨਿਕਲੇ, ਕਿਉਂਕਿ ਬੰਦਾ ਏਡਾ ਵੱਡਾ ਕਲਾਕਾਰ ਹੈ, ਇਹ ਬਿਨਾਂ ਕਿਸੇ ਅਕੈਡਮੀ ਤੋਂ ਹੀ ਐਕਟਿੰਗ ਕਰਨੀ ਸਿੱਖ ਗਿਆ ਹੈ। ਧਿਆਨ ਦਿਆ ਜੇ, ਆਮ ਤੌਰ 'ਤੇ ਕੋਈ ਐਕਟਰ ਬਣਦਾ ਨਾ, ਉਹ ਕਿੰਨੀ ਪੜ੍ਹਾਈ ਕਰਦਾ, ਕਈ ਥਾਂ ਸਕੂਲਾਂ ਵਿੱਚ ਜਾ ਕੇ ਕਿਸੇ ਕਾਲਜ ਵੀ ਜਾ ਕੇ ਉਹ ਸ਼ੁਰੂ ਤੋਂ ਡਰਾਮੇ ਕਰਦਾ ਹੈ, ਫਿਰ ਕਿਤੇ ਜਾ ਕੇ ਉਹਨੂੰ ਐਕਟਿੰਗ ਕਰਨ ਵਿੱਚ ਮੁਹਾਰਤ ਹਾਸਲ ਹੁੰਦੀ ਹੈ। ਬੰਦਾ ਜੰਮਦਾ ਹੀ ਕਲਾਕਾਰ ਹੈ, ਸੱਚ ਜਾਣਿਓ ਇੰਨੀ ਕਲਾਕਾਰੀ ਕਰਦਾ ਹੈ। ਇਹਦੀ ਕਲਾ ਨੂੰ ਵੇਖ ਕੇ ਕਈ ਵਾਰੀ ਮਨ ਕਹਿੰਦਾ, ਮਨਾ ਏਡਾ ਵੱਡਾ ਕਲਾਕਾਰ ਬਿਨਾਂ ਪੈਸਿਆਂ ਤੋਂ ਐਕਟਰ ਬਣਿਆ ਹੋਇਆ ਹੈ। ਕਲਾਕਾਰੀ ਹੈ ਨਾ ਕਿ ਜਦੋਂ ਤੁਸੀਂ ਦੇਖਦੇ ਹੋ, ਮੈਂ ਕਈ ਵਾਰੀ ਬਾਹਰ ਜਦੋਂ ਜਾਈਦਾ ਹੈ ਨਾ, ਕਈ ਸਥਾਨਾਂ 'ਤੇ ਕਥਾ ਕਰਨੀ ਪੈਂਦੀ ਹੈ, ਅਤੇ ਐਸੇ ਗੁਰਦੁਆਰੇ ਵੀ ਖੈਣ ਬਾਹਰ ਜਿੱਥੇ ਪੰਜ ਪੰਜ ਛੇ ਛੇ ਹਾਲ ਨੇ, ਇਸ ਹਾਲ 'ਚ ਭੋਗ ਪਿਆ ਪੈਂਦਾ, ਨਾਲ ਦੇ ਹਾਲ ਵਿੱਚ ਐਤਵਾਰ ਵਿਆਹ ਪਿਆ ਹੁੰਦਾ, ਤੀਜੇ ਹਾਲ ਵਿੱਚ ਬੱਚੇ ਦਾ ਜਨਮ ਦਿਨ ਮਨਾਇਆ, ਚੌਥੇ ਹਾਲ ਵਿੱਚ ਨੌਜਵਾਨ ਦਾ ਭੋਗ ਪੈਂਦਾ। ਉੱਥੇ ਫਿਰ ਕਰਦੇ ਕੀ ਨੇ ਵੀ ਇੱਥੇ ਵਿਆਹ 'ਤੇ 15 ਮਿੰਟ ਬੋਲ ਦਿਓ, ਹੁਣ ਅਗਾਂਹ ਨੌਜਵਾਨ ਮਰਿਆ ਉਹਦੇ ਭੋਗ 'ਤੇ 10 ਮਿੰਟ ਬੋਲ ਦਿਓ। ਫਿਰ ਉਸ ਵੇਲੇ ਮਨ, ਮੈਂ ਤਾਂ ਕੰਨੀ ਕਤਰਾਨਾ ਹੁੰਦਾ, ਮੈਂ ਕਹਿੰਦਾ ਆਖਰ ਅਸੀਂ ਵੀ ਤਨ ਵਿੱਚ ਚਮੜੇ ਦਾ ਤਨ ਰੱਬ ਨੇ ਸਾਨੂੰ ਦਿੱਤਾ, ਸਾਡੇ ਵਿੱਚ ਵੀ ਦਿਲ ਹੈ, ਇੱਕ ਪਾਸੇ ਵਿਆਹ ਦੀਆਂ ਖੁਸ਼ੀ ਦੀਆਂ ਬਾਤਾਂ ਕਰਨੇ ਹਾਂ, ਦੂਜੇ ਪਾਸੇ ਅਰਥੀ ਦੀ ਗੱਲ ਕਰਨੇ ਹਾਂ। ਕਈ ਵਾਰੀ ਮੈਂ ਸੋਚਣਾ ਕਿਤਨੇ ਕਲਾਕਾਰ ਨੇ ਉਹ ਲੋਕ, ਤੁਸੀਂ ਆਪਣੇ ਨੇਤਾ ਹੀ ਲੈ ਲਓ, ਕਿਸੇ ਦਾ ਵਿਆਹ ਹੋਵੇਗਾ ਉੱਥੇ ਖਿੜਕੜਾ ਕੇ ਹੱਸਦੇ ਹੋਣਗੇ, ਖੁਸ਼ੀ ਦੀਆਂ ਵਧਾਈਆਂ ਦੇਣਗੇ, ਯੱਕ ਲਖਤ 5 ਮਿੰਟ ਬਾਅਦ ਭੋਗ 'ਤੇ ਹੁੰਦੇ ਨੇ, ਚਿਹਰੇ ਚੇਂਜ ਕਰ ਲੈਂਦੇ ਨੇ, ਰੁਮਾਲ ਲੈ ਕੇ ਅੱਖਾਂ ਪੂੰਝ ਕੇ ਕਹਿਣਗੇ ਬੜੇ ਦੁੱਖ ਦੀ ਗੱਲ ਹੈ, ਸਹੀ ਜਾਣੂ ਆਤਮਾ ਨਹੀਂ ਮੰਨਦੀ, ਸਿਰਫ ਇੱਕ ਐਕਟਿੰਗ ਹੈ, ਇੱਕ ਕਲਾ ਹੈ, ਕਲਾਕਾਰੀ ਹੈ ਨਾ। ਜਿਸ ਦੇ ਅੰਦਰ ਨੂੰ ਸੱਟ ਵੱਜਦਾ ਉਹ ਕਲਾਕਾਰੀ ਨਹੀਂ ਕਰਦਾ, ਫਿਰ ਉਹ ਵਹਿ ਤੁਰਦਾ ਕਿ ਨਹੀਂ ਸੰਸਾਰ ਨਾਸ਼ਵੰਤ ਹੈ, ਇੱਕ ਦਿਨ ਸੰਸਾਰ ਤੋਂ ਆਪਾਂ ਕੂਚ ਕਰਨਾ ਹੈ। ਬੰਦਾ ਕਲਾਕਾਰ ਹੈ ਅਤੇ ਇੱਕ ਇੱਕ ਸਰੀਰ ਵਿੱਚ ਕਈ ਕਈ ਰੋਜ਼ ਦੇ ਪਾਠ ਅਦਾ ਕਰਦਾ। ਸਰੀਰ ਇੱਕ ਏ, ਕਿਤੇ ਹਾਸੇ ਵਾਲੀਆਂ ਗੱਲਾਂ ਕਰ ਰਿਹਾ, ਜਿੱਥੇ ਰੋਣਾ ਮਿਲ ਜਾਏ ਉੱਥੇ ਰੋਈ ਜਾਂਦਾ ਹੈ, ਜਿੱਥੇ ਕਿਤੇ ਐਕਸੀਡੈਂਟ ਹੋ ਜਾਏ ਉੱਥੇ ਹੋਰ ਤਰ੍ਹਾਂ ਦਾ ਚਿਹਰਾ ਬਣਾ ਕੇ ਚਲਾ ਜਾਂਦਾ। ਸਿਰਫ ਮੇਰੇ ਕਹਿਣ ਤੋਂ ਮੁਰਾਦ ਇਹ ਕਿ ਦੂਜੇ ਦੀ ਬਲਦੀ ਕੋਈ ਚਿਖਾ ਨੂੰ ਆਪਣੀ ਚਿਖਾ ਸਮਝ, ਤਾਂ ਤੇਰੇ ਮਨ ਵਿੱਚ ਬੈਰਾਗ ਹੋਵੇਗਾ, ਅਦਰਵਾਈਜ਼ ਨਹੀਂ ਤਾਂ ਸੱਚ ਜਾਣੀ ਕੇਵਲ ਇੱਕ ਲੋਕ ਲਾਚ ਖਾਤਰ ਤੂੰ ਤੁਰਿਆ ਫਿਰਨੇ, ਮਨ 'ਚ ਬੈਰਾਗ ਨਹੀਂ। ਧੰਨ ਗੁਰੂ ਅਰਜੁਨ ਸਾਹਿਬ ਨੇ ਅੱਜ ਜਿਹੜਾ ਬਚਨ ਕਿਹਾ ਇਹਦੀ ਥੋੜ੍ਹੀ ਜਿਹੀ ਵਿਆਖਿਆ ਮੈਂ ਆਰੰਭ ਵਿੱਚ ਇਹ ਕਰਨੀ ਚਾਹੁੰਦਾ ਹਾਂ। ਇਹ ਸ਼ਬਦ ਨੂੰ ਕਈ ਵਾਰੀ ਕਈ ਸਾਡੇ ਸੱਜਣ ਇਸ ਭਾਵ ਅਰਥ ਵਿੱਚ ਵੀ ਲੈ ਜਾਂਦੇ ਨੇ ਕਿ ਪਤੀ ਦੀ ਮੌਤ ਹੋ ਜਾਏ ਅਤੇ ਪਤਨੀ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ, ਕਿਉਂਕਿ ਸ਼ਬਦ ਇਹਦੀ ਆਰੰਭਤਾ ਇਸਤਰੀ ਲਿੰਗ ਤੋਂ ਸ਼ੁਰੂ ਹੁੰਦੀ ਹੈ। ਅਸਲ ਵਿੱਚ ਇਹ ਕਿਸੇ ਔਰਤ ਲਈ ਨਹੀਂ, ਇਸ ਕਾਇਆ ਲਈ ਹੈ। ਸ਼ਬਦ ਪ੍ਰਾਰੰਭ ਹੁੰਦਾ ਹੈ ਟੀਚਰ ਵਸਹਿ ਸੋਹੇਲੜੀ, ਟੀਚਰ ਦਾ ਆਖਰੀ ਅਰਥ ਹੈ ਤਦੋਂ ਤਾਈਂ, ਤਦੋਂ ਤੱਕ ਵਸੈ ਸੁਹੇਲੜੀ, ਤੂੰ ਸੁਖੀ ਰਹੇਗੀ, ਸੁਖੀ ਵਸੇਗੀ, ਜਿਚਰ ਜਿੰਨੀ ਦੇਰ ਤੱਕ ਸਾਥੀ ਨਾਲ, ਹੇ ਕਾਇਆ ਹੇ ਦੇਹੀ ਹੇ ਸਰੀਰ, ਤੂੰ ਓਨੀ ਦੇਰ ਤੱਕ ਹੀ ਸੁਖੀ ਵਸੇਗੀ ਜਿੰਨੀ ਦੇਰ ਤੱਕ ਸਾਥੀ ਦਾ ਅਰਥ ਕੀਤਾ ਆਤਮਾ ਸਾਥੀ ਤੇਰੇ ਨਾਲ ਹੈ। ਟਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਜਦੋਂ ਅੰਦਰ ਵਾਲਾ ਆਤਮਾ ਉੱਠ ਕੇ ਚੱਲ ਪਿਆ, ਸਾਥੀ ਤੁਰ ਲੱਗਾ,
ਤਾਂ ਤਦੋਂ ਉਸ ਵੇਲੇ ਧੰਨ ਖੇ ਕਾਇਆ ਰੂਪੀ ਇਸਤਰੀ ਖਾਕੂ ਰਾਲ, ਉਸ ਵੇਲੇ ਤੂੰ ਖਾਕ ਵਿੱਚ ਰਲ ਜਾਏਗੀ, ਮਿੱਟੀ ਵਿੱਚ ਰਲ ਜਾਏਗੀ। ਓਨੀ ਦੇਰ ਤੱਕ ਮਿੱਟੀਏ ਤੇਰੀ ਕੀਮਤ ਹੈ ਜਿੰਨੀ ਦੇਰ ਤੱਕ ਤੇਰੇ ਅੰਦਰ ਨੂਰ ਹੈ। ਜਿਸ ਦਿਨ ਨੂਰ ਨਿਕਲ ਗਿਆ ਝਲੀਏ, ਉਹ ਦਿਨ ਖਾਕ ਵਿੱਚ ਸਮਾ ਜਾਏਗੀ। ਟਿੱਚਰ ਵਸੈ ਸੁਖੇਲੜੀ, ਓਨੀ ਦੇਰ ਤੱਕ ਤੂੰ ਸੁਖੀ ਹੈ ਸੁਹੇਲੀ ਹੈ। ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ, ਅੰਦਰ ਵਾਲਾ ਸਾਥੀ ਉੱਠ ਕੇ ਚੱਲ ਪਿਆ, ਤਾਂ ਧਨ ਖਾਕੂ ਰਾਲ, ਉਸ ਵੇਲੇ ਇਸ ਧਨ ਨੂੰ, ਇਸ ਕਾਇਆ ਨੂੰ, ਇਸ ਇਸਤਰੀ ਨੂੰ ਖਾਕ ਦੇ ਸਪੁਰਦ ਕਰ ਦਿੱਤਾ, ਮਿੱਟੀ ਦੇ ਸਪੁਰਦ ਕਰ ਦਿੱਤਾ, ਅਤੇ ਅਸੀਂ ਕਹੀਏ ਅਗਨ ਭੇਟਾ ਕਰ ਦਿੱਤਾ, ਜਲ ਵਿੱਚ ਪ੍ਰਵਾਹਿਤ ਕਰ ਦਿੱਤਾ। ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ, ਦੇਖ ਉਹੀ ਤਾਨੇ ਜਦੋਂ ਸਾਥੀ ਨਾਲ ਸੀ ਤਾਂ ਕਿੰਨਾ ਤਨ ਨੂੰ ਸ਼ਿੰਗਾਰਿਆ, ਕਿੰਨਾ ਤੈਨੂੰ ਆਓ ਭਗਤ ਕੀਤੀ ਗਈ। ਸਾਥੀ ਚਲਾ ਗਿਆ ਅਤੇ ਵਿਚਾਰੀ ਕਾਇਆ ਰੁਲਦੀ ਰਹਿ ਗਈ। ਬਾਬਾ ਜੀ ਨੇ ਤਾਂ ਬਾਣੀ ਵਿੱਚ ਕਹਿ, ਤੂੰ ਕਾਇਆ ਮੈਂ ਰੁਲਦੀ ਦੇਖੀ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਾਇਆ ਰੁਲਦੀਆਂ ਹੋਈਆਂ ਨੂੰ, ਜਿਉਂ ਧਰ ਉੱਪਰ ਛਾਰੋ ਜਿਵੇਂ ਧਰਤੀ ਦੇ ਉੱਤੇ ਮਿੱਟੀ ਰੁਲਦੀ ਖੈਂ, ਅਤੇ ਕਾਇਆ ਰੁਲਦੀ ਖੈਂ, ਜਿਉਂ ਧਰ ਉੱਪਰ ਛਾਰੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਦਾਤਾ ਜੀ ਨੇ ਨਾ ਇਸ ਗੱਲ ਨੂੰ ਸਮਝਾਉਣ ਲਈ ਕਿ ਆਤਮਾ ਚਲਾ ਜਾਏ ਤਾਂ ਕਾਇਆ ਦੀ ਕੋਈ ਪੁੱਛ ਪੜਤਾਲ ਨਹੀਂ। ਪਿਆਰਿਓ ਡਰਦੇ ਨੇ ਘਰ ਦੇ ਜੀ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਨਾ, ਜਾਬੀ ਖੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ, ਘਰ ਕੀ ਨਾਰ ਬਹੁਤ ਹਿਤ ਹਿਤ ਜਾਸਿਓ ਸਦਾ ਰਹਿਤ ਸੰਗ ਲਾਗੀ। ਜਾਬੀ ਖੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ। ਭਗਤ ਰਵਿਦਾਸ ਜੀ ਕਹਿੰਦੇ ਨੇ, ਘਰ ਕੀ ਨਾਰ ਉਰੇ ਤਾਂ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ। ਟਿੱਚਰ ਵਸੈ ਸੁਖੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਉੱਥੇ ਕਾਇਆ ਨੂੰ ਭੈਣ ਕਿਹਾ ਅਤੇ ਇਸ ਆਤਮਾ ਨੂੰ ਭਰਾ ਕਿਹਾ। ਕਹਿੰਦੇ ਨੇ ਦੇਖੋ, ਇਸ ਭੈਣ ਅਤੇ ਭਰਾ ਦਾ ਐਸਾ ਸੁਮੇਲ ਹੈ ਕਿ ਜਿਸ ਦਿਨ ਭੈਣ ਭਰਾ ਤੋਂ ਅਲੈਦਾ ਹੋ ਜਾਏ, ਜਿੰਨੇ ਮਰਜ਼ੀ ਤਰਲੇ ਲੈ ਕੇ ਵੀਰ 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 ਭਰਾ ਭਰਾ ਕਹਿੰਦੀ ਰਹੇ, ਕਹਿਣ ਲੱਗੇ ਜਿਸ ਦਾ ਭਰਾ ਅਲੈਦਾ ਹੋ ਜਾਏ ਉਸ ਭੈਣ ਨੂੰ ਅੱਗ ਵਿੱਚ ਹੀ ਸੜਨਾ ਪੈਂਦਾ ਹੈ। ਪ੍ਰਮਾਣ ਲਿਆ, ਬੀਰਾ ਬੀਰਾ ਕਰ ਰਹੀ, ਬੀਰਾ ਦਾ ਅਖਰੀ ਅਰਥ ਹੈ ਭਰਾ, ਭਰਾ ਦਾ ਭਾਵ ਅਰਥ ਹੈ ਆਤਮਾ, ਅਤੇ ਭੈਣ ਦਾ ਅਰਥ ਹੈ ਕਾਇਆ। ਬੀਰਾ ਬੀਰਾ ਖੇ ਮੇਰੇ ਵੀਰ, ਖੇ ਮੇਰੇ ਵੀਰ, ਤਰਲੇ ਹੀ ਲੈਂਦੇ ਹਾਂ ਨਾ ਵੀ ਚਾਰ ਦਿਨ ਹੋਰ ਨਿਕਲ ਜਾਣ। ਬੰਦਾ ਸਰੀਰ 'ਤੇ ਕੋਈ ਵੀ ਬੰਦਾ ਐਸਾ ਨਹੀਂ ਜਿਹੜਾ ਕਹਿ ਮੈਂ ਤੁਰਨ ਨੂੰ ਤਿਆਰ ਹਾਂ। ਖੋਵੇਗਾ ਕਰੋੜਾਂ ਵਿੱਚੋਂ ਇੱਕ ਅੱਧਾ। ਕਬੀਰ ਸਾਹਿਬ ਨੇ ਤਾਂ ਕਿਹਾ, ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨਾ ਬੂਝੈ। ਜਿੰਨੀ ਦੇਰ ਤੱਕ ਕਾਇਆ ਵਿੱਚ ਜੋਤ ਵਰਦੀ ਆਪਣਾ ਪੜਚੋਲਦੇ ਹੀ ਨਹੀਂ, ਲਾਲਚ ਕਰੈ ਜੀਵਨ ਪਦ ਕਾਰਨ, ਚਾਰ ਦਿਨ ਹੋਰ ਜ਼ਿੰਦਗੀ ਮਿਲ ਜਾਏ ਲੋਚਨ ਕਛੂ ਨਾ ਸੂਝੈ। ਅੱਖਾਂ ਨਾਲ ਨਹੀਂ ਦਿਸਦਾ ਪਿਆ ਨੇੜੇ ਆ ਰਹੀ। ਕਬੀਰ ਸਾਹਿਬ ਜੀ ਨੇ ਬਚਨ ਕਹਿ, ਗੁਰੂ ਨਾਨਕ ਸਾਹਿਬ ਮੇਰ ਕਰਦੇ ਨੇ, ਬੀਰਾ ਬੀਰਾ ਕਰ ਰਹੀ, ਵੀਰ ਵੀਰ ਕਹਿ ਕੇ, ਆਤਮਾ ਆਤਮਾ ਕਹਿ ਕੇ ਭੈਣ ਤਰਲੇ ਪੇ ਲੈਂਦੀ, ਵੀਰ 'ਤੇ ਅਸਰ ਹੀ ਕੋਈ ਨਹੀਂ। ਬੀਰਾ ਬੀਰਾ ਕਰ ਰਹੀ, ਵੀਰ ਭਏ ਬਹਿ ਰਾਏ। ਗੁਰਮੁਖੋ ਵੀਰ ਚੱਲੇ ਘਰ ਆਪਣੇ, ਵੀਰ ਆਪਣੇ ਘਰ ਤੁਰ ਗਿਆ। ਬਹਿਣ ਬਿਰਹੈ ਜਲ ਜਾਏ, ਭੈਣ ਦਾ ਜਦੋਂ ਕਾਇਆ ਦਾ ਆਤਮਾ ਵੀਰ ਤੋਂ ਵਿਛੋੜਾ ਪਿਆ, ਕਹਿਣ ਲੱਗੇ ਜਿਹਦਾ ਵਿਛੋੜਾ ਪੈ ਜਾਏ ਉਸ ਭੈਣ ਨੂੰ, ਉਸ ਕਾਇਆ ਨੂੰ ਸੜਨਾ ਹੀ ਪਏਗਾ। ਬੀਰਾ ਬੀਰਾ ਕਰ ਰਹੀ, ਵੀਰ ਭਏ ਬਹਿ ਰਾਏ, ਵੀਰ ਚੱਲੇ ਕਰ ਆਪਣੇ, ਬਹਿਣ ਬਿਰੈ ਜਰ ਜਾਏ। ਕਹਿਣ ਲੱਗੇ ਭੈਣੇ, ਬਾਬੁਲ ਕਹਿ ਕਰ ਬੇਟੜੀ ਬਾਲੀ ਬਾਲੈ ਨੇ। ਬਾਬੁਲ ਦਾ ਅਖਰੀ ਅਰਥ ਹੈ ਪਿਤਾ ਦਾ ਘਰ, ਜਿਹਨੂੰ ਪੇਕਾ ਘਰ ਕਹਿ ਲਈਏ। ਬਾਲੀ ਬਾਲੈ ਨੇ, ਬਾਲੀ ਬਾਲੇ ਦਾ ਅਖਰੀ ਅਰਥ ਹੈ ਆ ਗੁੱਡੇ ਪਟੋਲੀਆਂ, ਆ ਜਿਹੜੀਆਂ ਬੀਬੀਆਂ ਪਹਿਲਾਂ ਨਿੱਕੀਆਂ ਗੁੱਡੀਆਂ ਬਣਾਉਂਦੀਆਂ ਹੁੰਦੀਆਂ ਸਨ ਨਾ, ਕੱਪੜਾ ਲੈ ਲੈਣਾ ਗੁੱਡੀ ਗੁੱਡਾ ਬਣਾਉਣਾ ਉਹਦੇ ਨਾਲ ਖੇਡਣਾ। ਕਹਿਣ ਲੱਗੇ ਖੇ ਮੇਰੀ ਕਾਇਆ
ਐਸ ਬਾਬੁਲ ਇਸ ਪੇਕੇ ਘਰ ਵਿੱਚ ਸੰਸਾਰ ਘਰ ਵਿੱਚ ਰਹਿੰਦਿਆਂ ਕਮਲੀਏ ਗੁੱਡੀਆਂ ਪਟੋਲਿਆਂ ਨਾਲ ਖੇਡਦੀ ਰਹੀ, ਤੂੰ ਆਪਣੇ ਆਪ ਨੂੰ ਸੁਚੇਤ ਹੀ ਨਾ ਕੀਤਾ ਵੀ ਇੱਕ ਦਿਨ ਤੇਰੀ ਆਤਮਾ ਨੇ ਵੀ ਇੱਥੋਂ ਜਾਣਾ ਹੈ। ਬਾਬੁਲ ਕਹਿ ਕਰ ਬੇਟੜੀ ਬਾਲੀ ਬਾਲੈ ਨੇ ਜੇ ਲੋੜ ਹੈ ਵਰ ਕਾਮਣੀ ਜੇ ਖੇ ਕਾਮਣੀ ਇਸਤਰੀ, ਤੈਨੂੰ ਪਰਮਾਤਮਾ ਪਤੀ ਚਾਹੀਦਾ ਸੀ ਅਤੇ ਫਿਰ ਸਤਿਗੁਰ ਸੇਵੈ ਤੇ, ਫਿਰ ਤੈਨੂੰ ਸਤਿਗੁਰੂ ਨੂੰ ਪ੍ਰਭੂ ਨੂੰ ਗੁਰੂ ਦਾ ਚਿੰਤਨ ਕਰਨਾ ਚਾਹੀਦਾ ਹੈ। ਹਜ਼ੂਰ ਕਹਿ ਰਹੇ ਨੇ ਤਿੱਚਰ ਵਸੈ ਸੁਖੇ ਲੜੀ, ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਸਾਥੀ ਚਲਾ ਗਿਆ, ਤਿਆਰੀ ਖਾਈ ਨਹੀਂ ਸੀ। ਹੁਣ ਦੇਖੋ ਮੈਂ ਬੇਨਤੀ ਕੀਤੀ, ਕੋਈ ਕਾਇਆ ਨਹੀਂ ਮੰਨਦੀ ਮੈਂ ਜਾਵਾਂ, ਧੱਕੇ ਨਾ ਰੱਬ ਖਿੱਚ ਕੇ ਲਿਜਾਂਦਾ। ਬੰਦਾ ਬੜੇ ਪੈਰ ਪਸਾਰਦਾ, ਬੜੇ ਯਤਨ ਕਰਦਾ ਕਿਤੋਂ ਦਵਾਈ ਲੱਭ ਜਾਏ, ਮੈਂ ਚਾਰ ਦਿਨ ਹੋਰ ਜੀ ਲਾਂ, ਚਾਰ ਦਿਨ ਹੋਰ ਜ਼ਿੰਦਗੀ ਦਾ ਸੁੱਖ ਭੋਗ ਲਾਂ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਤੁਸੀਂ ਯੂਪੀ ਦੇ ਇਲਾਕੇ ਵਿੱਚ ਦੇਖਿਆ ਹੋਣਾ ਕਬੀਰ ਸਾਹਿਬ ਦਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦਾ ਰਾਗ ਗੌੜੀ ਵਿੱਚ। ਕਹਿਣ ਲੱਗੇ ਪੇਵ ਕਿਹੜਾ ਦਿਨ ਚਾਰ ਹੈ, ਉਦਾਹਰਨ ਕੈਸੀ ਹੈ ਕਿ ਇਸਤਰੀ ਦਾ ਵਿਆਹ ਹੋ ਚੁੱਕਾ, ਬੱਚੀ ਦਾ, ਬੱਚੀ ਸ਼ਬਦ ਵਰਤ ਲਈਏ, ਵਿਆਹ ਹੋ ਗਿਆ ਪਰ ਮੁਕਲਾਵਾ ਅਜੇ ਜਾਣਾ, ਕਿਉਂਕਿ ਪੁਰਾਤਨ ਸਮੇਂ ਵਿਆਹ ਵਿੱਚ ਅਤੇ ਮੁਕਲਾਵੇ ਵਿੱਚ ਕੁਛ ਸਾਲਾਂ ਦਾ ਵੀ ਕਈ ਵਾਰੀ ਫਰਕ ਹੁੰਦਾ ਸੀ। ਜਿਹੜੇ ਬਾਲ ਵਿਆਹ ਕਰਦੇ ਸਨ, ਇਹਦਾ ਭਾਵ ਇਹ ਨਾ ਸਮਝੋ ਵੀ ਬਾਲ ਵਿਆਹ ਦੀ ਪ੍ਰੋੜਤਾ ਕਰ ਰਹੇ ਹਾਂ, ਸਿਰਫ ਇੱਕ ਉਦਾਹਰਨ ਹੈ। ਵਿਆਹ ਹੋ ਜਾਣਾ ਅਤੇ ਕਈ ਸਾਲਾਂ ਤੋਂ ਬਾਅਦ ਉਸ ਦੇ ਮਾਲਕ ਨੇ ਮੁਕਲਾਵਾ ਲੈਣ ਆਉਣਾ। ਕਹਿਣ ਲੱਗੇ ਵੀ ਇੱਕ ਇਸਤਰੀ, ਇੱਕ ਬੱਚੀ ਦਾ ਵਿਆਹ ਤਾਂ ਉਹਦੀ ਹੋ ਗਿਆ ਜਿਸ ਦਿਨ ਉਹਦਾ ਜਨਮ ਹੋਇਆ ਸੀ, ਮੌਤ ਨੇ ਪਰਨਾ ਲਿਆ। ਕਹਿਣ ਲੱਗੇ ਪੇਵ ਕੜਾ ਦਿਨ ਚਾਰ ਹੈ, ਵਿਆਹ ਤੋਂ ਬਾਅਦ, ਜਨਮ ਤੋਂ ਬਾਅਦ ਚਾਰ ਦਿਨ ਇਸ ਪੇਕੇ ਘਰ ਵਿੱਚ ਰਹਿਣਾ। ਪੇਵ ਕੜਾ ਦਿਨ ਚਾਰ ਹੈ, ਸਹੁਰੜੇ ਜਾਣਾ, ਤੈਨੂੰ ਸੰਸਾਰ ਛੱਡ ਕੇ ਸਹੁਰੇ ਘਰ ਜਾਣਾ ਪੈਣਾ। ਅੰਧਾ ਲੋਕ ਨਾ ਜਾਣੀ ਮੂਰਖ ਆਣਾ, ਕਹੋ ਡੱਡੀਆ ਵਾਧੇ ਧਨ ਖਰੀ, ਪਾਹੂ ਘਰ ਆਏ ਮਕਲਾਊ ਆਏ। ਪਾਹੂ ਦਾ ਅਖਰੀ ਅਰਥ ਹੁੰਦਾ ਪ੍ਰਾਹੁਣਾ, ਅਤੇ ਪ੍ਰਾਹੁਣਾ ਆਪਣੇ ਪਿੰਡਾਂ ਵਿੱਚ ਅਸੀਂ ਘਰਾਂ ਵੀ ਸ਼ਬਦ ਵਰਤਦੇ ਹਾਂ, ਪ੍ਰਾਹੁਣਾ ਆਪਣੇ ਦਮਾਦ ਲਈ, ਆਪਣੀ ਬੱਚੀ ਦੇ ਪਤੀ ਨੂੰ ਵੀ ਆਪਾਂ ਕਈ ਵਾਰੀ ਸ਼ਬਦ, ਪੇਂਡੂ ਸ਼ਬਦਾਵਲੀ ਸੀ ਪ੍ਰਾਹੁਣਾ ਆਇਆ ਘਰ, ਪ੍ਰਾਹੁਣਾ ਸ਼ਬਦ ਉਹਦੇ ਲਈ ਵੀ ਵਰਤਿਆ ਜਾਂਦਾ ਸੀ। ਕਹੋ ਡੱਡੀਆਂ ਵਾਧੇ ਧਨ ਖਰੀ, ਵਿਆਹ ਤਾਂ ਹੋ ਗਿਆ। ਕਹਿਣ ਲੱਗੇ ਝੱਲੀਏ ਅਜੇ ਵੀ ਤੂੰ ਅੱਧੀ ਲੂੰਗੀ ਬੰਨ ਕੇ ਆ ਕੰਮ ਕਰਨ ਵਾਲੇ ਕੱਪੜੇ ਪਾ ਕੇ ਕਦੀ ਭਾਂਡੇ ਧੋਨੀ ਹੈ, ਕਦੀ ਝਾੜੂ ਲਾਉਣੀ ਹੈ, ਕਦੀ ਕੱਪੜੇ ਧੋਨੀ ਪਈ ਹੈ, ਤੈਨੂੰ ਪਤਾ ਨਹੀਂ? ਆ ਬੂਹਾ ਖੋਲ੍ਹ ਕੇ ਦੇਖ, ਤੇਰਾ ਪ੍ਰਾਹੁਣਾ ਤਾਂ ਤੇਰਾ ਮਕਲਾਵਾ ਲੈਣ ਵਾਸਤੇ ਆ ਗਿਆ। ਡੱਡੀਆ ਦਾ ਅਖਰੀ ਅਰਥ ਹੁੰਦਾ ਲੂੰਗੀ ਜੀ ਬੱਲਣੀ, ਧੋਤੀ, ਧੋਤੀ ਸ਼ਬਦ ਚੰਗਾ ਹੈ, ਧੋਤੀ ਬੰਨੀ। ਕਹੋ ਡੱਡੀਆ ਵਾਧਾ ਧਨ ਖਰੀ, ਅਜੇ ਵੀ ਕਮਲੀ ਧੋਤੀ ਬੰਨ ਕੇ ਖਲੋਤੀ ਹੈ, ਸੁਹਾਗ ਦਾ ਜੋੜੀ ਨਹੀਂ ਸੁਪਾਇਆ, ਇਹ ਪਤਾ ਹੀ ਨਹੀਂ ਕਿ ਪਾਹੂ ਘਰ ਆਏ ਮਕਲਾਊ ਆਏ, ਪ੍ਰਾਹੁਣੇ ਬੂਹੇ ਅੱਗੇ ਆ ਗਏ ਅਤੇ ਮੁਕਲਾਵਾ ਲੈਣ ਵਾਸਤੇ ਆਏ ਨੇ। ਹੁਣ ਇਹਦਾ ਭਾਵ ਅਰਥ ਕੀ ਹੈ? ਇਹ ਇਕੱਲਾ ਇੱਕ ਯੂਪੀ ਦੀ ਇਸਤਰੀ ਵਾਸਤੇ ਨਹੀਂ, ਹਰ ਉਹ ਸਰੀਰ ਜਿਹੜਾ ਅਜੇ ਸੰਸਾਰੀ ਧੰਦਿਆਂ ਦੇ ਬਸਤਰੀ ਪਾਈ ਬੈਠਾ, ਅਜੇ ਧੋਤੀਆਂ ਬੰਨੀ ਬੈਠਾ, ਮੈਂ ਇੰਨਾ ਕੁ ਕੰਮ ਹੋਰ ਕਰ ਲਾਂ, ਇੰਨਾ ਹੋਰ ਕਰ ਲਾਂ, ਇੰਨਾ ਹੋਰ ਕਮਾ ਲਾਂ, ਅਤੇ ਬਾਬਾ ਕਬੀਰ ਜੀ ਕਹਿੰਦੇ ਨੇ ਬੂਹਾ ਖੋਲ੍ਹ ਕੇ ਦੇਖ, ਉਹ ਪ੍ਰਾਹੁਣਾ ਤੇਰੇ ਬੂਹੇ ਅੱਗੇ ਆ ਗਈ ਅਤੇ ਮਕਲਾਵਾ ਲੈਣ ਆਇਆ, ਧੋਤੀ ਛੱਡ, ਮੌਤ ਦੇ ਬਸਤਰ ਪਾ ਅਤੇ ਇਹਦੇ ਨਾਲ ਕੂਚ ਕਰ। ਪੇਵ ਕੜਾ ਦਿਨ ਚਾਰ ਹੈ। ਸਤਿਗੁਰੂ ਨੇ ਇਸੇ ਅੰਮ੍ਰਿਤ ਬਚਨ ਨੂੰ ਮਾਰੂ ਰਾਗ ਵਿੱਚ ਬੜੇ ਸੋਹਣੇ ਢੰਗ ਨਾਲ ਸਮਝਾਉਣ ਲਈ ਬਿਆਨ ਕੀਤਾ ਕਿ ਇਸ ਕਾਇਆ ਨੂੰ ਆਤਮਾ ਨੇ ਛੱਡਣਾ। ਕਾਇਆ ਉਨੀ ਦੇਰ ਤੱਕ ਸੁਖੀ ਜਿੰਨੀ ਦੇਰ ਤੱਕ ਆਤਮਾ। ਵੇਖੋ ਪਰਮਾਤਮਾ ਤੋਂ ਕੁਰਬਾਨ ਜਾਈਏ, ਸਾਡਾ ਤਨ ਹੈ ਨਾ, ਅੰਦਰ ਆਤਮਾ ਹੈ ਅਤੇ ਸਰੀਰ ਚੰਗਾ ਭਲਾ ਹੈ। ਬੰਦਾ ਨਾ ਵੀ ਨਹਾਏ ਤਾਂ ਵੀ ਸਰ ਜਾਂਦਾ, ਕਈ ਕਈ ਛੇ ਛੇ ਮਹੀਨੇ ਨਹੀਂ ਨਹਾਉਂਦੇ, ਸਰੀ ਜਾਂਦਾ। ਪਿਆਰਿਓ, ਜਿਸ ਦਿਨ ਅੰਦਰੋਂ ਜੀਵ ਆਤਮਾ ਚਲਾ ਜਾਏ, ਇਹ ਸਰੀਰ ਨੂੰ ਇਸ ਧਰਤੀ 'ਤੇ ਤੁਸੀਂ 12 ਘੰਟੇ 24 ਘੰਟੇ ਬਾਅਦ ਦੇਖਿਓ, ਇਹ ਸਰੀਰ ਬੋ ਮਾਰਨ ਲੱਗ ਪੈਂਦਾ ਹੈ। ਆਤਮਾ 72 ਘੰਟੇ ਬਾਅਦ ਤਾਂ ਇਹਦੇ ਵਿੱਚ ਕੀੜੇ ਪੈਦਾ ਹੋ ਜਾਂਦੇ ਨੇ। ਕੋਈ ਕੈਮੀਕਲ ਨਾ ਲਾਓ, ਕੋਈ ਦਵਾਈ ਨਾ ਲਾਓ, ਕਿਸੇ ਠੰਡੀ ਥਾਂ 'ਤੇ ਨਾ ਰੱਖੋ, 72 ਘੰਟੇ ਬਾਅਦ ਤਾਂ ਕੀੜੇ ਰੱਬ ਪੈਦਾ ਕਰਕੇ ਉਹਨੂੰ ਸਮੇਟਣ ਲੱਗ ਪੈਂਦਾ।
ਤੇ ਕੈਸੀ ਖੇਡ ਵਰਤਾਂਦਾ ਹੈ, ਮਰਿਆਂ ਵਿੱਚੋਂ ਜ਼ਿੰਦਗੀ ਪੈਦਾ ਕਰਕੇ ਮੁਰਦਿਆਂ ਨੂੰ ਸਮੇਟੀ ਜਾਂਦਾ, ਮੁਰਦੇ ਨੂੰ ਖਾਣ ਵਾਲਾ ਕੀੜਾ ਖੁਦ ਆਪ ਵੀ ਮਰ ਜਾਂਦਾ ਹੈ। ਰੱਬ ਦੇ ਸਮੇਟਣ ਦਾ ਢੰਗ ਹੈ। ਗੁਰੂ ਸਾਹਿਬ ਨੇ ਉੱਥੇ ਇੱਕ ਸੰਵਾਦ ਰਚਾਇਆ ਆਤਮਾ ਦਾ ਅਤੇ ਕਾਇਆਂ ਦਾ। ਕਾਇਆਂ ਬੜੀ ਵੱਡੀ ਪਰਮਾਤਮਾ ਦੀ ਦਿੱਤੀ ਦਾਤ ਹੈ। ਕੱਲ੍ਹ ਵੀ ਇੱਕ ਸੱਜਣ ਬੈਠੇ, ਕੱਲ੍ਹ ਚੱਲੀ ਦੇਹ ਦੀ, ਮੈਂ ਯਤਨ ਕਰਾਂਗਾ ਕਿਤੇ ਗੁਰੂ ਸਾਹਿਬ ਨੇ ਸਮਾਂ ਦਿੱਤਾ, ਇਕੱਲੇ ਦੇਹੀ ਦੇ ਵਿਸ਼ੇ ਉੱਤੇ ਹੀ ਕਥਾ ਕੀਤੀ ਜਾਂ ਦੇਹ ਕੀ ਹੈ। ਬਾਬੇ ਨਾਨਕ ਨੇ ਕਿਹਾ ਦੇਹ ਨੂੰ ਨਿੰਦ ਨਾ, ਅਸੀਂ ਬੜਾ ਨਿੰਦਨੇ ਹਾਂ। ਦੇਹ ਨਿੰਦਣ ਵਾਲੀ ਨਹੀਂ। ਕਹਿੰਦੇ ਨੇ ਕਈਆਂ ਲੋਕਾਂ ਨੇ ਦੇਹ ਨੂੰ ਭੋਗ ਭੋਗ ਕੇ ਗਾਲ ਦਿੱਤਾ, ਕਈਆਂ ਨੇ ਦੇਹ ਨੂੰ ਹੱਠ ਕਰ ਕਰਕੇ ਤਪ ਕਰ ਕਰਕੇ ਵਿਚਾਰੀ ਨੂੰ ਸਾੜ ਦਿੱਤਾ, ਅਤੇ ਰੱਬ ਦੀ ਕਮਾਈ ਵਾਲੇ ਗੁਰਮੁਖ ਜਨ ਜਿਹੜੇ ਨੇ ਉਹ ਦੇਹੀ ਤੋਂ ਲਾਹਾ ਲੈ ਕੇ ਪਰਮਾਤਮਾ ਦੇ ਘਰ ਤੱਕ ਪਹੁੰਚਦੇ ਨੇ। ਦੇਹੀ ਇੱਕ ਵਸੀਲਾ ਹੈ। ਅੱਗੇ ਮੈਂ ਬੇਨਤੀ ਕਰਨੀ ਕਿ ਆਤਮਾ ਅਤੇ ਦੇਹੀ ਦੋਨਾਂ ਨੂੰ ਕਿਵੇਂ ਸੰਬੋਧਨ ਕੀਤਾ ਇਸ ਸ਼ਬਦ ਵਿੱਚ। ਹੁਣ ਦੇਹੀ ਹੈ ਨਾ, ਇੱਕ ਦੇਹ ਉਹ ਵੇ ਜਿਹਨੂੰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਕਿਹਾ ਸੀ, ਪੜ੍ਹ ਕੇ ਆਏ ਸਾਂ ਸਲੋਕ ਜਦੋਂ ਵਿਆਖਿਆ ਕੀਤੀ ਸੀ, ਇੱਕ ਸਰੀਰ ਉਹ ਜਿਹਨੇ ਅਤਰ ਫੁਲੇਲਾਂ ਲਾਈਆਂ, ਕੱਪੜੇ ਬੜੇ ਕੀਮਤੀ ਪਾਏ, ਮੁਸਕਰਾ ਮੁਸਕਰਾ ਕੇ ਗੱਲਾਂ ਕਰੇ, ਅਤੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ, ਮਹਾਰਾਜ ਇਹ ਬੰਦੇ ਦਾ ਸਰੀਰ ਬੜਾ ਸੋਹਣਾ, ਖਾਣਾ ਪਾਣਾ ਬੜਾ ਸਟੈਂਡਰਡ ਹੈ। ਮਹਾਰਾਜ ਕਹਿੰਦੇ ਇਹਨੂੰ ਪੁੱਛੋ ਕਦੀ ਰੱਬ ਚੇਤੇ ਕੀਤਾ ਸੂ? ਕਹਿਣ ਲੱਗੇ ਨਹੀਂ। ਕਹਿਣ ਲੱਗੇ ਛੱਡੋ, ਇਹਦੇ ਨਾਲੋਂ ਤਾਂ ਕੁੱਤੇ ਦਾ ਅਤੇ ਸੂਰ ਦਾ ਸਰੀਰ ਚੰਗਾ ਹੈ। ਦੇਈ ਤੁਸੀਂ ਰੋਜ਼ ਬਚਨ ਪੜ੍ਹਦੇ ਹੋ, ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤਾਹੇ ਤਨ ਦਾ ਅਰਥ ਹੀ ਉਹਦਾ ਸਰੀਰ, ਉਹਦੀ ਦੇਹ। ਦੂਜੇ ਪਾਸੇ ਕਿਹਾ ਗਿਆ, ਮਹਾਰਾਜ ਇਹ ਵਿਚਾਰੇ ਘਰ ਦੋ ਡੰਗ ਦੀ ਰੋਟੀ ਏ, ਕੱਪੜੇ ਵੀ ਸਾਧ ਮੁਰਾਦੇ ਨੇ, ਜਾਣਦਾ ਵੀ ਮਹੱਲੇ ਵਿੱਚ ਕੋਈ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਰੱਬ ਚੇਤੇ ਕਰਦਾ? ਕਹਿੰਦੇ ਨੇ ਨਾਮ ਵਾਲਾ ਪੱਖ ਆ ਇਹਦਾ ਬੜਾ, ਕਾਲਣਾ ਬੜੀ। ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਰ ਗਰੀਬ ਨਹੀਂ, ਇਹਨੇ ਝਾਤੀ ਮਾਰ ਕੇ ਦੇਖੀ, ਇਹਦਾ ਦੇਹ ਰੱਬ ਦੀ ਦੇਖ ਹੈ, ਇਹ ਪਰਮਾਤਮਾ ਹੈ। ਤੁਸੀਂ ਬਚਨ ਪੜ੍ਹਦੇ ਹੋ, ਮੈਂ ਬੇਨਤੀ ਕਰਾਂ ਕਿ ਅਸੀਂ ਦੇਹਧਾਰੀ ਪੂਜਾ ਤੋਂ ਬਚੀਏ। ਜਿਹੜੇ ਸ਼ਬਦ ਦੀ ਬਾਬੇ ਨਾਨਕ ਦੀ ਛਾਂ ਲੈਂਦੇ ਨੇ ਅਤੇ ਜੇਬਾਂ ਲੋਕਾਂ ਦੀਆਂ ਕੱਢਦੇ ਨੇ, ਉਹਨਾਂ ਤੋਂ ਬਚੀਏ। ਪਰ ਇਸ ਗੱਲ ਤੋਂ ਸੁਚੇਤ ਹੋ ਕੇ ਚੱਲਿਓ ਕਿ ਦੇਹੀ ਮਾੜੀ ਨਹੀਂ, ਮਾੜੀ ਉਦੋਂ ਵੀ ਜਦੋਂ ਗੁਰੂ ਦੇ ਸ਼ਬਦ ਤੋਂ ਟੁੱਟ ਜਾਂਦੀ ਹੈ। ਬਾਬਾ ਜੀ ਨੇ ਬਾਣੀ ਵਿੱਚ ਇਹ ਪ੍ਰਮਾਣ ਦਿੱਤਾ, ਕਹਿਣ ਲੱਗੇ ਜੋ ਪ੍ਰਾਣੀ ਨਿਸ ਦਿਨ ਭਜੈ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਅਤੇ ਜਿਹਦੇ ਮਨ ਵਿੱਚ ਹੈ, ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਨ ਖਰ, ਜਨ ਖਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਨੇ ਉਹਦੇ ਵਿੱਚ ਤਾਂ ਪਰਮਾਤਮਾ 'ਚ ਕੋਈ ਅੰਤਰ ਨਹੀਂ, ਪਰ ਭਜੇ ਸਿਮਰਨ ਕਰੇ। ਹਜ਼ੂਰ ਨੇ ਬਾਣੀ ਵਿੱਚ ਮਿਹਰ ਕੀਤੀ, ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਕਾਇਆ ਅਤੇ ਆਤਮਾ ਦਾ ਸੰਵਾਦ ਕਰਾਇਆ। ਇੱਕ ਦਿਨ ਕਾਇਆ ਨੇ ਇਕਾਂਤ ਵਿੱਚ ਬੈਠੀ ਨੇ ਆਤਮਾ ਨਾਲ ਗੱਲਾਂ ਕੀਤੀਆਂ। ਰੱਬ ਮਿਹਰ ਕਰੇ, ਘੱਟੋ ਘੱਟ ਕਿਸੇ ਨੂੰ ਗੱਲ ਕਰਨ ਦੀ ਜਾਚ ਆ ਜਾਏ। ਜਿਉਂਦੇ ਜੀ ਆਤਮਾ ਨੂੰ ਕਿਹੜਾ ਪੁੱਛਦਾ ਭਾਈ? ਸਰੀਰ ਨੂੰ ਪੁੱਛਿਆ ਜਾਂਦਾ, ਖਵਾਇਆ ਸਰੀਰ ਨੂੰ ਜਾਂਦਾ, ਸ਼ਿੰਗਾਰਿਆ ਸਰੀਰ ਨੂੰ ਜਾਂਦਾ, ਪਵਾਇਆ ਸਰੀਰ ਨੂੰ ਜਾਂਦਾ। ਆਤਮਾ ਦੀ ਗੱਲ ਤਾਂ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਕਰਦਾ ਹੋਵੇਗਾ, ਨਹੀਂ ਤਾਂ ਸਰੀਰ ਦੀਆਂ ਬਾਤਾਂ ਨੇ, ਸਰੀਰ ਦੇ ਸੁੱਖ ਨੇ, ਉੱਪਰੀਆਂ ਉੱਪਰਲੀਆਂ ਗੱਲਾਂ ਕਰਨੇ ਆ। ਜਦੋਂ ਕੋਈ ਅੰਦਰ ਦੀ ਗੱਲ ਕਰਨ ਲੱਗਦਾ, ਉੱਪਰਲੇ ਪਾਣੀ ਵਿੱਚ ਤਰਦੇ ਹੋਏ ਅਗਿਆਨੀ ਬੰਦੇ ਕਦੀ ਨਹੀਂ ਮੰਨਦੇ ਕਿ ਮਰਜੀਵੜੇ ਸਮੁੰਦਰ ਦੀ ਤਹਿ ਵਿੱਚ ਡੁੱਬ ਕੇ ਕੀਮਤੀ ਹੀਰੇ ਵੀ ਕੱਢ, ਮੋਤੀ ਵੀ ਕੱਢ ਸਕਦੇ ਨੇ, ਕਿਉਂਕਿ ਉਹਨਾਂ ਦੇਖੀ ਲਹਿਰਾਂ ਨੇ। ਲਹਿਰਾਂ ਦੇਖਣ ਵਾਲਾ ਕਹੇਗਾ ਝੂਠ ਬੋਲਦਾ, ਮੈਨੂੰ ਨਹੀਂ ਦਿਸਿਆ ਸਮੁੰਦਰ ਵਿੱਚੋਂ ਮੋਤੀ। ਉਹਨੂੰ ਕਹਿ ਕਮਲਿਆ ਤੂੰ ਚੀਰ ਕੇ ਥੱਲੇ ਜਾ ਤਾਂ ਸਹੀ, ਲਹਿਰਾਂ ਥੱਲੇ ਕੀਰੇ ਖਹਿਣ। ਇਸ ਅੰਦਰ ਦੇ ਤਲ 'ਤੇ ਜਿਉਂ ਜਿਉਂ ਝੁਕਾਂਗੇ। ਦੇਖੋ ਪਿਆਰਿਓ, ਜਦੋਂ ਸਿਮਰਨ ਕਰਨ ਤੁਸੀਂ ਬਹਿੰਦੇ ਹੋ, ਆ ਸਭ ਕੁਝ ਅੰਦਰੋਂ ਨਿਕਲਦਾ, ਜਿਹੜਾ ਸਟੋਰ ਕੀਤਾ ਪਿਆ ਨਾ ਉਹ ਸਭ ਕੁਝ ਨਿਕਲਦਾ। ਐਵੇਂ ਬੰਦਾ ਬਾਹਰ ਆ ਕੇ ਝੂਠ ਬੋਲੀ ਜਾਏ ਜੀ, ਨਹੀਂ। ਹਰ ਬੰਦਾ ਵਾਸ਼ਨਾ ਦੇ ਫੁਰਨੇ ਵੀ ਸਾਹਮਣੇ ਆਉਂਦੇ ਨੇ। ਕਈ ਵਾਰੀ ਜਪ ਤਪ ਕਰਦਿਆਂ ਕਰਦਿਆਂ ਆਪਣੇ ਗੁਰੂ ਪ੍ਰਤੀ ਵੀ ਇਹੋ ਜਿਹਾ ਫੁਰਨੇ ਉੱਠਦੇ ਨੇ, ਕਈ ਵਾਰੀ ਬੰਦਾ ਮੱਥੇ ਮਾਰਨ ਲੱਗ ਪੈਂਦਾ, ਮਣਾ ਪਾਪੀਆ ਕਿਹੜੇ ਫੁਰਨੇ, ਗੁਰੂ ਲਈ ਪੈਦਾ ਕਰੀ ਬੈਠਾ, ਬਹੁਤ ਕੁਛ ਅੰਦਰ ਪਿਆ। ਇਹ ਤਾਂ ਉੱਠਦੇ ਨੇ ਕਿਉਂਕਿ ਪਹਿਲਾਂ ਕੰਨਾਂ ਨਾਲ ਸੁਣੇ ਨੇ, ਅਸ਼ਰਧਾ ਦੀਆਂ ਗੱਲਾਂ ਸੁਣੀਆਂ ਅੰਦਰ ਬੈਠੀਆਂ,
ਪਰ ਜਿਉਂ ਜਿਉਂ ਅੰਦਰ ਸਿਮਰਨ ਕਰਦਾ ਬੰਦਾ, ਅਭਿਆਸ ਕਰਦਾ, ਤਿਉਂ ਤਿਉਂ ਅੰਤਰੀਵੇ ਤਲ 'ਤੇ ਉਤਰ